अज लतीफपुरा मुड़ बसेबा कमेटी वालों 26 जनवरी के गणतंत्र दिवस से गवर्नर नूं मंग पत्र देने का प्रोग्राम बनाया गया सी, जिदे विच जिहड़ियां सारी जथेबंदियां सी मुड़ बसेबा कमेटी दे विच शामिल शांति नाल मार्च करते हुए गवर्नर नूं मंग पत्र देने जा रही सी, पर पुलिस ने अगों धक्का मुक्की करते हुए हथोपाई की, जिदे विच चार औरतां कुछ बजुर्ग ते लीडरशिप नूं भी सट्टा लग्गिया। मैं कश्मीर सिंह घुगशोर, सूबा प्रेस सकत्तर पेंडू मजदूर यूनियन पंजाब ते मैंबर लतीफपुरा मुड़ बसेबा मोर्चा। अज असी जिवें मोर्चे की अगवाई च मुजहरा लैके गुरु गोबिंद सिंह स्टेडियम वालों गणतंत्र दिवस मौके जदों गवर्नर पंजाब आए हुए सी, उन्हां नूं लतीफपुर लोगों के जिहड़े मसले नूं लैके जाणू करवाउण ते उन्हां नूं साफ दिवाउण दी मंग नूं लैके जो जा रहे सी, तां पुलिस ने मैंबरो चौंक ते मॉडल टाउन वाले साइड नूं जांदियां दोनों सड़कां जिहड़ियां बैरीकेड ला के भारी पुलिस बल दे नाल जिहड़ा वो जाम कीता होया है। जदों अगे लोग वध रहे सी तां पुलिस ने जिहड़े आ ਉਹ ਕਾਫੀ ਜਿਹੜੀਆਂ 7 ਵਾਰ ਜਿਹੜੀਆਂ ਝੜਪਾਂ ਹੋਈਆਂ ਜਿਹਦੇ ਵਿੱਚ ਕਾਫੀ ਲੋਕਾਂ ਨੂੰ ਸੱਟਾਂ ਆਈਆਂ। ਔਰ ਇਹ ਸਭ ਕੁਝ ਜਦੋਂ ਇੱਕ ਪਾਸੇ ਗਣਤੰਤਰ ਦਿਵਸ ਮਨਾਇਆ ਜਾ ਰਿਹਾ, ਕਹਿਣ ਲਿਆ ਕਿ ਗਣਤੰਤਰ ਦਾ ਮਤਲਬ ਹੀ ਲੋਕਤੰਤਰ, ਅਤੇ ਲੋਕਤੰਤਰ ਦੇ ਵਿੱਚ ਜਿਹੜਾ ਲੋਕਾਂ ਦੇ ਅਧਿਕਾਰਾਂ ਦਾ ਜਿਹੜਾ ਘਾਣ ਕੀਤਾ ਜਾ ਰਿਹਾ, ਦੂਸਰੇ ਪਾਸੇ ਉਹੀ ਸੰਵਿਧਾਨ ਜਿਹਦੇ ਸੰਵਿਧਾਨ ਦੇ ਦਿਵਸ ਦੇ ਮੌਕੇ ਝੰਡੇ ਚਲਾਏ ਜਾ ਰਹੇ ਸੀ, ਔਰ ਉਹ ਸੰਵਿਧਾਨ ਲੋਕਾਂ ਨੂੰ ਇਕੱਠੇ ਹੋਣ, ਬੋਲਣ ਅਤੇ ਵਿਰੋਧ ਪ੍ਰਗਟ ਕਰਨ ਦਾ ਅਧਿਕਾਰ ਦਿੰਦਾ ਵਾ, ਔਰ ਉਸ ਸੰਵਿਧਾਨ ਦੇ ਵਿੱਚ ਕੋਈ ਬਿਨਾਂ ਸੋਧ ਕੀਤਿਆਂ ਔਰ ਉਹ ਸੰਵਿਧਾਨ ਦੀਆਂ ਧੱਜੀਆਂ ਖੁਦ ਜਿਹੜੀ ਆ ਕਾਨੂੰਨ ਦੇ ਰਖਵਾਲਿਆਂ ਨੇ ਹਟਾਉਂਦਿਆਂ ਲੋਕਾਂ ਨਾਲ ਧੱਕਾ ਮੁੱਕੀ ਕੀਤੀ ਆ। ਔਰ ਇਹ ਸਾਬਤ ਕਰਦਾ ਕਿ ਇਹ ਪੰਜਾਬ ਦੀ ਸਰਕਾਰ ਜਿਹੜਾ ਬਦਲਾਅ ਦੇ ਨਾਅਰੇ ਨਾਲ ਆਈ ਸੀ, ਬਦਲਾਅ ਕਿਹਦੇ ਪੱਖ ਦੇ ਵਿੱਚ ਬਦਲਾਅ ਵਾ, ਔਰ ਬਦਲਾਅ ਜਿਹੜਾ ਆਮ ਲੋਕਾਂ ਲਈ ਕੋਈ ਬਦਲਾਅ ਨਹੀਂ, ਔਰ ਪਹਿਲੇ ਵਾਲਾ ਹੀ ਹਾਲ ਜਿਹੜਾ ਨਿਰੰਤਰ ਜਾਰੀ ਆ। ਮਾਫੀਆ ਦੇ ਖਿਲਾਫ ਗੱਲਾਂ ਕਰਨ ਵਾਲੀ ਸਰਕਾਰ ਮਾਫੀਆ ਦੇ ਨਾਲ ਖੁਦ ਖੜ੍ਹੀ ਆ, ਔਰ ਲਤੀਫਪੁਰ ਦੇ ਲੋਕ ਜਿਹੜੇ ਆ ਪਾਕਿਸਤਾਨ ਤੋਂ ਉੱਜੜ ਕੇ ਆਏ ਸੀ ਔਰ ਇੱਥੇ ਚੰਗੇ ਢੰਗ ਨਾਲ ਵੱਸ ਰਹੇ ਸੀ, ਔਰ ਉਹਨਾਂ ਨੂੰ ਮਾਲਕੀ ਦੇ ਹੱਕ ਦੇਣ ਦੀ ਥਾਂ ਉਹਨਾਂ ਨੂੰ ਬਲਡੋਜ਼ਰ ਚਲਾ ਕੇ ਧੱਕੇ ਨਾਲ ਉਜਾੜ ਦਿੱਤਾ ਗਿਆ, ਜਿਹਦੇ ਖਿਲਾਫ਼ ਲੋਕ ਲਗਾਤਾਰ ਲੜ ਰਹੇ ਆ, ਡਟੇ ਪਏ ਆ, ਸੰਘਰਸ਼ ਦੇ ਰਸਤੇ 'ਤੇ ਆ। ਔਰ ਅਗਰ ਅੱਜ ਦੇ ਘਟਨਾ ਤੋਂ ਬਾਅਦ ਵੀ ਜੇ ਸਰਕਾਰ ਦੀ ਕੋਈ ਅਜੇ ਤੱਕ ਮੰਗਾਂ ਨਾ ਮੰਨੀਆਂ ਤਾਂ 2 ਫਰਵਰੀ ਤੋਂ ਜਿਹੜਾ ਸੀਤਲ ਉਂਗਰਾਲ ਦੇ ਘਰ ਤੋਂ ਜਿਹੜਾ ਸਾਰੇ ਜਲੰਧਰ ਜ਼ਿਲ੍ਹੇ ਦੇ MLA ਜਾਂ ਹਲਕਾ ਇੰਚਾਰਜ ਜਾਂ ਆਮ ਆਦਮੀ ਪਾਰਟੀ ਦੇ ਲੀਡਰ ਉਹਨਾਂ ਘਰਾਂ ਦੇ ਅੱਗੇ ਜਿਹੜੇ ਆ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ, ਜਿਹਦੀ ਸ਼ੁਰੂਆਤ ਜਿਹੜੀ ਆ 2 ਫਰਵਰੀ ਨੂੰ ਸੀਤਲ ਉਂਗਰਾਲ ਦੇ ਘਰ ਤੋਂ ਜਿਹੜੀ ਕੀਤੀ ਜਾਊਗੀ, ਅਤੇ ਪਾਰਲੀਮਾਨੀ ਜਿਹੜੀ ਜ਼ਿਮਨੀ ਚੋਣ ਆ ਉਹਦਾ ਵੀ ਤਿੱਖਾ ਵਿਰੋਧ ਜਿਹੜਾ ਉਹਦੇ ਵਿੱਚ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਕੀਤਾ ਜਾਊਗਾ, ਉਹਦੀਆਂ ਤਿਆਰੀਆਂ ਕੱਲ੍ਹ ਤੋਂ ਜਿਹੜੀਆਂ ਆਰੰਭ ਕਰ ਦਿੱਤੀਆਂ ਜਾਣਗੀਆਂ।